ਸਾਚਾ ਸਾਹਿਬ ਮਨ ਵਸੈ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਤਿਸ੍ਰੀ ਜੀਓ, ਬੜੇ ਭਾਗੀ ਹੋ ਜੋ ਪਾਵਨ ਹਜ਼ੂਰੀ ਵਿੱਚ ਹਾਜ਼ਰੀ ਭਰ ਕੇ ਨਾਮ ਬਾਣੀ ਸੁਣ ਕੇ ਜਿੱਥੇ ਜਿੱਥੇ ਵੀ ਆਤਮਾ ਨੂੰ ਸ਼ਰਧਾਂਜਲੀ ਭੇਟ ਕਰੇ ਉੱਥੇ ਆਪਣੇ ਜੀਵਨ ਦੇ ਪੰਜ ਸਬਦ ਕਰ ਰਹੇ ਹੋ। ਬਾਣੀ ਵਿੱਚ ਪ੍ਰਮਾਣ ਹੈ ਉਸ ਪਰਿਪੂਰਨ ਪਰਮਾਤਮਾ ਦੇ ਹੁਕਮ ਨੂੰ ਮੰਨਦੇ ਹੋਏ ਬੀਬੀ ਸੁੰਦਰ ਕੌਰ ਸਿੱਧੂ ਸਾਲ ਪਹਿਲਾਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਤਿੰਨਾਂ ਦੀ ਆਤਮਿਕ ਸ਼ਾਂਤੀ ਲਈ ਉਹਨਾਂ ਦੀ ਮਿੱਠੀ ਮਿੱਠੀ ਯਾਦ ਵਿੱਚ ਉਹਨਾਂ ਦੇ ਸਮੂਹ ਪਰਿਵਾਰ ਭਾਈ ਜਤਿੰਦਰ ਸਿੰਘ ਸਿੱਧੂ, ਜੋਹਰ ਪਰਿਵਾਰ, ਗਿੱਲ ਪਰਿਵਾਰ ਅਤੇ ਸਮੂਹ ਰਿਸ਼ਤੇਦਾਰਾਂ ਵੱਲੋਂ ਤੁਰਕੀ ਬਾਣੀ ਤੋਂ ਟਾਸਾ ਲੈ ਕੇ ਸ੍ਰੀ ਸਾਹਿਬ ਪਾਠ ਸਾਹਿਬ ਆਰੰਭ ਕੀਤੇ ਗਏ ਸਨ। ਤਿੰਨਾਂ ਦੇ ਭੋਗ ਪਾਏ ਗਏ ਹਨ, ਉਪਰੰਤ ਕੀਰਤਨ ਦੀਵਾਨ ਜਾਰੀ ਹਨ। ਜਿੱਥੇ ਪਰਮਾਤਮਾ ਦੇ ਹੋਰ ਰੰਗ ਹਨ ਉੱਥੇ ਇੱਕ ਰੰਗ ਇਹ ਵੀ ਹੈ ਕਿ ਜੋ ਇਸ ਸੰਸਾਰ ਵਿੱਚ ਆਇਆ ਹੈ ਉਸ ਲਈ ਮੈਂ ਇਸ ਸੰਸਾਰ ਤੋਂ ਜਾਣਾ ਹੈ। ਜੋ ਆਇਆ ਸੁਰਤ ਸੀ ਸਭ ਕੁਝ ਆਈ ਵਾਰੀ ਹੈ। ਜਿੱਥੇ ਤੱਕ ਭਾਈ ਜਤਿੰਦਰ ਸਿੰਘ ਸਿੱਧੂ ਉਹਨਾਂ ਦੇ ਸਮੂਹ ਪਰਿਵਾਰ ਦਾ ਗੱਲ ਹੈ, ਇਹ ਪਰਿਵਾਰ ਬੜਾ ਹੀ ਗੁਰਦੁਆਰਾ ਸਾਹਿਬ ਜੀ ਦਾ ਸ਼ਰਧਾਲੂ ਪਰਿਵਾਰ ਹੈ, ਕਿਸੇ ਵੀ ਜਾਣਕਾਰੀ ਦਾ ਮੁਹਤਾਜ ਨਹੀਂ। ਇਹ ਪਰਿਵਾਰ ਜਿੱਥੇ ਸਿਆਸੀ ਤੌਰ 'ਤੇ, ਸਮਾਜਿਕ ਤੌਰ 'ਤੇ ਭਾਈ ਜਤਿੰਦਰ ਸਿੰਘ ਸਿੱਧੂ ਹੋਰਾਂ ਨੇ ਬੁਲੰਦੀਆਂ ਪ੍ਰਾਪਤ ਕੀਤੀਆਂ ਹਨ, ਉੱਥੇ ਧਾਰਮਿਕ ਤੌਰ 'ਤੇ ਵੀ ਇਹ ਸਾਡੇ ਗੁਰਦੁਆਰਾ ਸਾਹਿਬ ਜੀ ਦੇ ਡਾਇਰੈਕਟਰ ਹਨ। ਇਮੀਗ੍ਰੇਸ਼ਨ ਦੇ ਜਿੰਨੇ ਵੀ ਸਾਰੇ ਕੰਮ ਹਨ, ਹੋਰ ਵੀ ਜੋ ਗੁਰਦੁਆਰੇ ਦੇ ਕੰਮ ਕਾਜ ਹਨ, ਉਸ ਵਿੱਚ ਇਹ ਅੱਗੇ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਹਨ। ਜਦੋਂ ਵੀ ਕੋਈ ਕਾਰਜ ਹੁੰਦਾ ਹੈ ਗੁਰਦੁਆਰਾ ਸਾਹਿਬ ਜੀ ਦਾ, ਤਾਂ ਇਹ ਸਭ ਤੋਂ ਪਹਿਲਾਂ ਅੱਗੇ ਵੱਧ ਕਰ ਚੜ੍ਹ ਕੇ ਉਸ ਵਿੱਚ ਹਿੱਸਾ ਪਾਉਂਦੇ ਹਨ। ਸਾਨੂੰ ਜਦੋਂ ਵੀ ਇਹਨਾਂ ਦੀ ਜ਼ਰੂਰਤ ਪੈਂਦੀ ਹੈ, ਦੇਰ ਸਵੇਰੇ ਰਾਤ ਵੇਲੇ ਇੱਕ ਵਾਰ ਮਾਰਿਆਂ ਇਹ ਉਸੇ ਵਕਤ ਹਾਜ਼ਰ ਹੋ ਜਾਂਦੇ ਹਨ। ਸੋ ਇਹਨਾਂ ਦੀ ਸਮਾਜ ਪ੍ਰਤੀ, ਸਿਆਸੀ ਤੌਰ 'ਤੇ ਅਤੇ ਧਾਰਮਿਕ ਤੌਰ 'ਤੇ ਬੜਾ ਯੋਗਦਾਨ ਹੈ। ਸੋ ਇਸੇ ਹੀ ਸੰਬੰਧ ਵਿੱਚ ਪਰਿਵਾਰ ਵੱਲੋਂ ਸਹਿਜ ਪਾਠ ਦੇ ਭੋਗ ਪਾਏ ਗਏ ਹਨ, ਭੋਗ ਦੇ ਉਪਰੰਤ ਕੀਰਤਨ ਦੇ ਦੀਵਾਨ ਜਾਰੀ ਹਨ। ਪਰਿਵਾਰ ਵੱਲੋਂ ਬੀਬੀ ਸੁਰਿੰਦਰ ਕੌਰ ਹੋਰਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਲਈ $5,100 ਦੀ ਸੇਵਾਈ ਹੈ। ਸ਼ਰਨ ਕੌਰ ਜੋਹਰਾ ਧੰਨਵਾਦ ਜੀ ਆਇਆਂ ਕਿ ਉਸ ਤੋਂ ਉਪਰੰਤ ਬਾਬਾ ਜੀ ਆਪ ਜੀ ਨੂੰ ਕਥਾ ਅਤੇ ਵਿਚਾਰਾਂ ਨਾਲ ਹੀ ਨਿਹਾਲ ਕਰਕੇ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗਾ ਆਏ, ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਰਸ ਨਾ ਬਸਾਏ, ਹਰ ਸੇਤੀ ਮਨ ਰਵ ਰਿਹਾ ਸੱਚੇ ਰਿਹਾ ਸਮਾਏ,
ਨਾਨਕ ਹੋਂ ਬਲਿਹਾਰੀ ਤਿੰਨ ਕੋ ਜੋ ਸਤਿਗੁਰ ਚੱਲੈ ਭਾਵੇ। ਬਾਬਾ ਜੀ ਆਪਣੀ ਬਾਣੀ ਅੰਦਰ ਕਿਰਪਾ ਕਰ ਰਹੇ ਹੈ, ਗੁਰ ਸੇਵਾ ਤੇ ਸੁੱਖ ਉਪਜ। ਅੱਜ ਜਿਹੜਾ ਪ੍ਰੋਗਰਾਮ ਸਮਾਗਮ ਹੈ, ਸਰਦਾਰ ਜਤਿੰਦਰ ਸਿੰਘ ਜੀ ਜਥੀ ਸਾਬਕਾ MP ਜਿਹੜੇ ਤੁਹਾਡੇ ਇਲਾਕਿਆਂ ਵਿੱਚ ਕੰਮ ਕਰਦੇ ਹੈ, ਇਹ ਸਭਾਵਾਂ ਵੀ ਇਹਨਾਂ ਦੇ ਹਿੱਸੇ ਵਿੱਚ ਆਈਆਂ, ਕਿਉਂ ਉੱਥੇ ਵੀ ਇਹਨਾਂ ਦੇ ਡੈਡੀ ਸਰਦਾਰ ਗੁਲਜ਼ਾਰ ਸਿੰਘ ਜੀ ਬਹੁਤ ਲੋਕ ਸੇਵਾ ਉਹਨਾਂ ਨੇ ਕੀਤੀ ਹੈ। ਅੱਜ ਮਾਤਾ ਦੀ ਯਾਦ ਵਿੱਚ ਸਹਿਜ ਪਾਠ ਹੋਇਆ, ਤੁਸੀਂ ਸੁਣਿਆ ਸੈਕਟਰੀ ਸਾਹਿਬ ਤੋਂ, ਗੁਰ ਸੇਵਾ ਤੇ ਸੁੱਖ ਉਪਜ, ਫਿਰ ਦੁੱਖ ਨਾ ਲੱਗਾ ਆਏ। ਹੁਣ ਗੁਰੂ ਦੀ ਸੇਵਾ, ਪਤੀ ਦੀ ਸੇਵਾ, ਇੱਕ ਬੇਟੀ ਦਾ ਰਿਸ਼ਤਾ ਹੋ ਜਾਂਦਾ ਹੈ, ਉਹ ਪਤੀ ਵਾਲੀ ਬਣ ਜਾਂਦੀ ਹੈ, ਫਿਰ ਉਹਦੀ ਕਿੱਡੀ ਵੱਡੀ ਜ਼ਿੰਮੇਵਾਰੀ ਹੋ ਜਾਂਦੀ ਹੈ। ਅੰਦਾਜ਼ਾ ਲਾਇਆ ਕਿਤੇ, ਸਾਰੇ ਘਰ ਨੂੰ ਸਾਂਭਣਾ, ਬੱਚਿਆਂ ਦੀ ਦੇਣ ਦੇਣੀ, ਜਿਵੇਂ ਦੋ ਬੱਚੀਆਂ, ਇੱਕ ਬੱਚਾ ਸਾਹਿਬ ਸਿੰਘ, ਉਹ ਬੀਬੀ ਨੇ ਬੱਚਿਆਂ ਨੂੰ ਦੇਣ ਦੇਣੀ ਬੱਚਿਆਂ ਦੀ, ਫਿਰ ਉਹਨਾਂ ਨੂੰ ਸਾਂਭਣਾ, ਉਹ ਘਰ ਦੀ ਸੇਵਾ ਕਰਨੀ। ਗੁਰ ਸੇਵਾ ਤੇ ਸੁੱਖ ਉਪਜ, ਤੇ ਉਹਨਾਂ ਨੂੰ ਸੁੱਖ ਕਿਵੇਂ ਉਪਜੇ? ਤੁਸੀਂ ਕਹੋਗੇ ਬਿਮਾਰ ਸੀ, ਜੇ ਇਹ ਬਿਮਾਰੀਆਂ ਹਰ ਇੱਕ ਤੇ ਆਉਂਦੀਆਂ, ਜਿਹੜੀ ਉਹਨਾਂ ਦੀ ਸੇਵਾ ਉਹਨਾਂ ਦੇ ਪਤੀ ਨੇ ਕੀਤੀ, ਉਹਨਾਂ ਦੇ ਨੇੜੇ ਬੈਠ ਕੇ ਉਹਨਾਂ ਨੂੰ ਦਵਾਈਆਂ ਬੂਟੀਆਂ, ਉਹਨਾਂ ਦਾ ਧਿਆਨ ਰੱਖਿਆ, ਉਹ ਸੇਵਾ ਸੀ ਉਹਨਾਂ ਦੇ ਹਿੱਸੇ ਦੀ। ਗੁਰ ਸੇਵਾ ਤੇ ਸੁੱਖ ਉਪਜਾ, ਫਿਰ ਦੁੱਖ ਨਾ ਲੱਗਾ ਆਏ। ਦੁੱਖ ਬੰਦੇ ਨੂੰ ਕਦੋਂ ਨਹੀਂ ਲੱਗਦਾ? ਜਦੋਂ ਬੰਦੇ ਦੇ ਸਿਰ ਤੇ ਕੋਈ ਖੜਾ ਹੋਵੇ, ਉਹਦਾ ਆਸਰਾ ਹੋਵੇ, ਜਾਂ ਰੱਬ ਦਾ ਆਸਰਾ ਮੰਨੀਏ, ਉਹਨੂੰ ਦੁੱਖ ਨਹੀਂ ਲੱਗਦਾ। ਦੁੱਖ ਕਿਹਨੂੰ ਲੱਗਦਾ? ਜਿਹੜਾ ਮਨਮੁੱਖ ਬੰਦਾ ਹੁੰਦਾ, ਕਿਸੇ ਦੇ ਵੱਲ ਉਹਦਾ ਰੱਬ ਵੱਲ ਵੀ ਧਿਆਨ ਨਹੀਂ ਹੁੰਦਾ, ਉਹਨੂੰ ਦੱਸਦੇ ਜਦੋਂ ਮੌਤ ਆਉਂਦੀ ਹੈ, ਜਿਵੇਂ 100 ਬਿੱਸੂ ਲੜਦਾ, ਇੰਨਾ ਦੁਖੀ ਹੁੰਦਾ ਉਹ। ਬਾਬਾ ਜੀ ਦੀ ਬਾਣੀ ਹੈ, ਗੁਰ ਸੇਵਾ ਤੇ ਸੁੱਖ ਉਪਜੈ, ਫਿਰ ਦੁੱਖ ਨਾ ਲੱਗਾ ਆਏ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਸ ਨਾ ਬਸਾਏ। ਉਹਨਾਂ ਦਾ ਜੰਮਣ ਮਰਨਾ ਮਿਟ ਜਾਂਦਾ, ਉੱਥੇ ਕਲਯੁੱਗ ਦੀ ਕੋਈ ਪੇਸ਼ ਨਹੀਂ ਚੱਲਦੀ। ਜਿਹੜਾ ਜੀਵ ਰੱਬ ਵਾਲੇ ਪਾਸੇ ਲੱਗਿਆ, ਸੇਵਾ ਵਿੱਚ ਲੱਗਿਆ ਵੈ, ਉਹਨੂੰ ਕਲਯੁੱਗ ਕੁਛ ਨਹੀਂ ਕਰ ਸਕਦਾ। ਕਾਲੇ ਕਾ ਕਸ ਨਾ ਬਸਾਏ, ਹਰ ਛੇਤੀ ਮਨ ਰਵ ਰਿਹਾ, ਸੱਚੇ ਰਿਹਾ ਸਮਾਏ। ਜਿਹੜਾ ਪਰਮਾਤਮਾ ਹੈ, ਉਹ ਤਾਂ ਹਰ ਵਕਤ ਜੀਵ ਦੇ ਨੇੜੇ ਹੈ। ਇਹ ਆਪਣੀ ਆਪਣੀ ਸਰਦ ਹੈ, ਭਾਵਨਾ ਹੈ। ਮਾਲਕ ਤਾਂ ਕਦੇ ਵੀ ਦੂਰ ਨਹੀਂ ਹੁੰਦਾ ਆਪਣੇ ਆਪ ਦੇ ਜੀਵ ਤੋਂ। ਕਦੋਂ ਉਹਨੂੰ ਦੂਰ ਭਾਸਦਾ ਹੈ? ਜਦੋਂ ਬੁਰਿਆਈਆਂ ਕਰਦਾ, ਮਾੜੇ ਕੰਮ ਕਰਦਾ, ਫਿਰ ਉਹ ਦੂਰ ਵੇਖਦਾ ਤਾਂ ਕਰਦਾ, ਜੇ ਨੇੜੇ ਵੇਖਦਾ ਉਹ ਮਾੜਾ ਕੰਮ ਕੋਈ ਨਹੀਂ ਕਰਦਾ।
ਹਰ ਸੇਤੀ ਮਨ ਰਵ ਰਿਹਾ, ਸੱਚੇ ਰਿਹਾ ਸਮਾਏ, ਨਾਨਕ ਹਉ ਬਲਿਹਾਰੀ ਤਿੰਨ ਕੋ, ਜੋ ਚੱਲਣ ਸਤਿਗੁਰ ਭਾਏ। ਗੁਰੂ ਨਾਨਕ ਸਾਹਿਬ ਕਿਹਦੇ ਤੇ ਬਲਿਹਾਰ ਹੈ? ਜਿਹੜੇ ਭਾਈ ਉਹਨਾਂ ਦੇ ਭਾਣੇ ਵਿੱਚ ਜਾਂਦੇ ਆ। ਮਾਤਾ ਸੁਰਿੰਦਰ ਕੌਰ ਪਿਛਲੇ ਸਾਲ ਉਦੋਂ ਢਿੱਲੀ ਸੀ ਜਦੋਂ ਅਸੀਂ ਆਏ ਸੀ, ਅਸੀਂ ਯਾਦ ਕੀਤਾ ਸੀ ਜਤਿੰਦਰ ਸਿੰਘ ਉਹਨਾਂ ਨੂੰ, ਜਤੀ ਜੀ ਉਹਨਾਂ ਨੂੰ, ਉਹਨਾਂ ਨੇ ਦੱਸਿਆ ਵੀ ਮਾਤਾ ਢਿੱਲੀ ਹੈ, ਉੱਥੇ ਸ਼ਾਇਦ ਹਸਪਤਾਲ ਗਏ ਆ। ਇਹ ਬਾਅਦ ਵਿੱਚ ਇਹਨਾਂ ਨੇ ਆਪਣਾ ਪੰਜ ਭੂਤਕ ਸਰੀਰ ਚੋਂ ਛੱਡਿਆ। ਜਾਣਾ ਆਉਣਾ ਤਾਂ ਦੁਨੀਆਂ 'ਤੇ ਬਣਿਆ, ਜਿਹੜਾ ਜੀਵ ਇਸ ਦੁਨੀਆਂ 'ਤੇ ਆਇਆ ਸਭ ਨੇ ਜਾਣਾ, ਬਾਰੀ ਆਪੋ ਆਪਣੀ ਕੋਈ ਨਾ ਬੰਨੇ ਤੀ, ਬਾਰੀ ਆਪਦੀ ਆਪਦੀ ਹੈ। ਇਸ ਸਮੇਂ ਨੂੰ ਆਪਾਂ ਕਿਉਂ ਯਾਦ ਕਰਦੇ ਹਾਂ? ਇੱਕ ਤਾਂ ਇਹ ਤਾਂ ਯਾਦ ਕਰਦੇ ਹਾਂ, ਸਮਾਂ ਹਰ ਇੱਕ 'ਤੇ ਆਉਣਾ ਹੈ। ਸਾਨੂੰ ਪਰਮਾਤਮਾ ਨੇ ਇੱਕ ਮਨੁੱਖਾ ਜਨਮ ਦਿੱਤਾ ਹੈ, ਇਹ ਸਭ ਤੋਂ ਉੱਤਮ ਜਨਮ ਹੈ। ਬੰਦਾ 84 ਲੱਖ ਜੂਨ ਦਾ ਬਾਦਸ਼ਾਹ ਹੈ, ਮਾਈ ਭਾਈ 42 ਧਰਤੀ ਵਿੱਚ ਹੈ, 42 ਪਾਣੀ ਵਿੱਚ ਹੈ, 84 ਲੱਖ ਜੂਨ। ਉਦੋਂ ਉੱਪਰ ਇਹ ਮਾਈ ਭਾਈ ਮਾਨਸ ਦੇ ਆਪਾਂ ਨੂੰ ਮਿਲੀ ਹੈ। ਜੇ ਮਾਨਸ ਦੇ ਪਾ ਕੇ ਇਹ ਨਾਮ ਨਹੀਂ ਜਪਦਾ, ਅੰਮ੍ਰਿਤ ਵੇਲੇ ਉੱਠਦਾ ਨਹੀਂ, ਫਿਰ ਬਾਬਾ ਜੀ ਕੀ ਵਚਨ ਕਰਦੇ ਆ? ਬਾਣੀ ਮਾਨਸ ਦੇ ਪਾਈ ਵੱਡ ਭਾਗੀ, ਬਈ ਵੱਡੇ ਭਾਗਾਂ ਕਰਕੇ ਮਾਨਸ ਦੇ ਪਾਈ। ਨਾਮ ਨਾ ਜਪੀਐ ਆਤਮ ਘਾਤੀ, ਵੀ ਜੇ ਨਾਮ ਨਾ ਜਪਿਆ, ਬਾਣੀ ਨਾ ਪੜ੍ਹੀ ਤੇ ਫਿਰ ਦੁਬਾਰੇ ਜ਼ਿੰਦਗੀ ਨਹੀਂ ਮਿਲਦੀ। ਦੁਬਾਰੇ ਜ਼ਿੰਦਗੀ ਕਿਹਨੂੰ ਮਿਲਦੀ ਹੈ? ਜਿਹੜਾ ਭਾਈ ਨਾਮ ਜਪਦਾ। ਬਾਬਾ ਜੀ ਕਿਰਪਾ ਕਰਦੇ ਸੀ ਨਾਮਸਰ ਵਾਲੇ ਧੰਨ ਧੰਨ ਬਾਬਾ ਨਾਰਾਇਣ ਸਿੰਘ ਜੀ, 24 ਘੰਟੇ ਬਣਦੇ ਆ ਦਿਨ ਤੇ ਰਾਤ ਦੇ। 24 ਘੰਟਿਆਂ ਦੇ ਵਿੱਚੋਂ 2.5 ਘੰਟੇ ਸਾਡਾ ਦਸਬੰਧ ਬਣਦਾ, ਉਹ ਸਮਾਂ ਅਸੀਂ ਰੱਬ ਵਾਲੇ ਪਾਸੇ ਲਾਉਣਾ। ਹੁਣ ਅਸੀਂ ਝਾਤੀ ਮਾਰੀਏ ਵੀ ਕਿੰਨਾ ਕੁ ਲਾਉਂਦੇ ਹਾਂ? ਲਾਉਣਾ ਚਾਹੀਦਾ, ਇਹ ਸਮਾਂ ਹਰ ਇੱਕ 'ਤੇ ਆਉਣਾ ਹੈ। ਉਹ ਮਾਤਾ ਨੂੰ ਵਿਚਾਰੀ ਨੂੰ ਸਾਲ ਭਰ ਦੇ ਨੇੜ ਹੋ ਗਿਆ, ਉਹ ਤਾਂ ਪਤਾ ਨਹੀਂ ਗੁਰੂ ਦੇ ਚਰਨਾਂ 'ਚ ਕਿੱਥੇ ਬੈਠੇ ਹੋਣਗੇ। ਪਰ ਆਹ ਜਿਹੜੇ ਪਿਛਲੇ ਜਿਹੜਾ ਉਸ ਕਰਕੇ ਗਏ ਹੈ, ਬੱਚੇ ਪੈਦਾ ਕੀਤੇ ਹੈ, ਉਹਨਾਂ ਨੇ ਸੇਵਾ ਕੀਤੀ ਹੈ, ਪਤੀ ਪਰਮੇਸ਼ਰ ਜਾਣ ਕੇ ਆਪਣੇ ਘਰ ਵਾਲੇ ਦੀ ਸੇਵਾ ਕੀਤੀ ਹੈ, ਇਹ ਉਹ ਉਹਨਾਂ ਦੀ ਪਿਆਰ ਦੀ ਇੱਕ ਯਾਦ ਬਣਾ ਰਹੇ ਹੈ। ਅਤੇ ਯਾਦ ਬਣਾਉਣੀ ਤੁਹਾਡੇ ਸਾਰਿਆਂ ਨੂੰ, ਆਪਾਂ ਨੂੰ ਉਹ ਚੀਜ਼ ਫਿਰ ਯਾਦ ਆਉਂਦੀ ਹੈ ਬਈ ਇਹ ਦਿਨ ਤਾਂ ਸਭ 'ਤੇ ਆਉਂਦਾ ਹੈ, ਅਸੀਂ ਇਹ ਸਮੇਂ ਨੂੰ ਸੰਭਾਲਣਾ ਹੈ। ਬਾਬਾ ਜੀ ਕਹਿੰਦੇ ਸਵਾਸ ਸਵਾਸ ਅਸੀਂ ਸਿਮਰਨ ਕਰਨਾ ਹੈ, ਜਿਵੇਂ ਬਾਣੀ ਵਿੱਚ ਆਉਂਦਾ ਹੈ, ਦਿਨ ਰਾਤੀ ਰਾਧੋ ਪਿਆਰੋ,
ਨਿਮ ਖਰਾਕੀ ਜੇ ਢੀਲਾ ਸੰਤ ਸੇਵਾ ਕਰ ਭਾਵ ਨਹੀਂ ਲਾਈਐ ਤਿਆਗ ਮਾਨ ਹਠੀਲਾ ਹਮ ਕਰ ਨਾਮ ਖਜ਼ਾਨਾ ਸਦਾ ਹੈ ਭਗਤ ਭਰੇ ਭੰਡਾਰਾ ਅਸੀਂ ਦਿਨ ਰਾਤੀ ਉਸ ਰੱਬ ਨੂੰ ਰਾਧਣਾ ਕਈ ਕਹਿ ਦੇਣਗੇ ਜੀ ਦਿਨ ਰਾਤ ਕਿਵੇਂ ਰਾਧ ਸਕਦੇ ਹਾਂ ਤੇਰੇ ਡਿਊਟੀਆਂ ਕਰਦੇ ਹਾਂ ਰਾਤ ਨੂੰ ਅਸੀਂ ਸੌਣਾ ਵੀ ਹੁੰਦਾ ਐਂ ਜੇ ਇਹੋ ਜਿਹੇ ਬੰਦੇ ਵੀ ਹੈਗੇ ਆ ਬਾਬਾ ਜੀ ਕਿਰਪਾ ਕਰਦੇ ਸੀ ਇੱਕ ਸਾਡਾ ਦੁਨਿਆਵੀ ਪਿਆਰ ਉਹਨਾਂ ਨੂੰ ਨਹੀਂ ਅਸੀਂ ਯਾਦ ਕਰਦੇ ਤੇ ਜਦੋਂ ਵੀ ਸਾਨੂੰ ਯਾਦ ਆ ਜਾਵੇ ਕਈ ਤਾਂ ਡੱਬੇ ਸਰਾੜੇ ਰੱਖਦੇ ਆ ਗੋਲੀਆਂ ਖਾ ਕੇ ਪੈਂਦੇ ਆ ਬਾਬਾ ਜੀ ਕਿਰਪਾ ਕਰਦੇ ਸੀ ਭਾਈ ਜਦੋਂ ਤੁਹਾਨੂੰ ਯਾਦ ਆ ਜਾਵੇ ਉਸੇ ਟਾਈਮ ਮੂਲ ਮੰਤਰ ਦਾ ਪਾਠ ਸ਼ੁਰੂ ਕਰ ਦਿਓ ਦੇਖੋ ਮਿੰਟਾਂ 'ਚ ਮੂੰਹ ਵੱਢਣ ਲੱਗ ਜਾਓਗੇ ਵਾਸੀਆਂ ਆਉਣ ਲੱਗ ਜਾਣਗੀਆਂ ਜਦੋਂ ਵਾਸੀਆਂ ਆਉਣਗੀਆਂ ਇਤਰਾਮ ਕਰ ਲਓ ਅੱਖ ਖੁੱਲ ਗਈ ਰੱਬ ਨੂੰ ਯਾਦ ਕਰਨ ਲੱਗ ਜਾਓ ਫਿਰ ਥੱਕ ਕੇ ਫਿਰ ਆਰਾਮ ਕਰ ਲਓ ਇਹ ਜਿਹੜੀ ਜ਼ਿੰਦਗੀ ਹੈ ਇਹਨੂੰ ਆਪਣੇ ਮਾਲਕ ਦੇ ਚਰਨਾਂ ਨਾਲ ਲਾਉਣਾ ਹੈ ਅਸੀਂ ਗੁਰੂ ਘਰ ਦੇ ਵਿੱਚ ਬੈਠੇ ਹਾਂ ਅਸੀਂ ਪਹਿਲੇ ਦਿਨ ਵੀ ਕਿਹਾ ਸੀ ਟੂਣਿਆਂ ਤੋਂ ਪਹਿਲਾਂ ਸਾਡੇ ਇਹਨਾਂ ਨੂੰ ਸੁਰਿੰਦਰ ਸਿੰਘ ਉਹਨਾਂ ਨੂੰ ਰਾਣਾ ਜੀ ਸਾਰਿਆਂ ਨੂੰ ਮੈਂ ਕਿਹਾ ਵੀ ਮਿਸਲ ਗੁਰਦੁਆਰੇ ਵਿੱਚ ਪ੍ਰੋਗਰਾਮ ਬਣਾ ਲਓ ਪੂਰਨਮਾਸੀ ਦਾ ਇਹਨਾਂ ਨੇ ਫਿਰ ਪਤਾ ਕੀਤਾ ਹੋਣਾ ਇੱਥੇ ਕੋਈ ਲੰਗਰ ਪਾਣੀ ਦਾ ਪ੍ਰਬੰਧ ਬਣਿਆ ਬਾਕੀ ਕੋਈ ਅਤੇ ਚਲੋ ਸਕੂਲ 'ਚ ਬਣ ਗਿਆ ਕੱਲ੍ਹ ਪੂਰਨਮਾਸੀ ਸਕੂਲ ਵਿੱਚ ਮਨਾਈ ਹੈ ਚੰਗਾ ਇਕੱਠ ਸੰਗਤ ਦਾ ਬਹੁਤ ਵਧੀਆ ਇਕੱਠ ਹੋ ਗਿਆ ਸੀ ਪਰ ਇਹ ਜਿਹੜੇ ਸਮੇਂ ਹੁਣ ਤੁਸੀਂ ਜਿੱਥੇ ਬੈਠੇ ਹੋ ਭੰਮਾ ਸਰਦਾਰ ਜਤਿੰਦਰ ਸਿੰਘ ਦੇ ਸੱਦੇ ਪੱਤਰ 'ਤੇ ਆਏ ਹੋ ਪਰ ਬੈਠੇ ਕਿਹੜੀ ਜਗ੍ਹਾ 'ਤੇ ਹੋ ਇਹ ਅਸਲੀ ਸੱਚੀ ਦਰਗਾਹ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਕਥਾ ਕੀਰਤਨ ਹੁੰਦਾ ਹੋਵੇ ਉਹੀ ਦਰਗਾਹ ਹੈ ਅਗਲੀ ਦਰਗਾਹ ਤਾਂ ਕਿਸੇ ਨੇ ਨਹੀਂ ਵੇਖੀ ਇਹ ਸਾਡੇ ਮਾਲਕ ਬੈਠੇ ਗੁਰੂ ਨਾਨਕ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਜੋਤ ਇਹ ਤਾਂ ਆਪਣੇ ਨੰਦ ਵਿੱਚ ਬੈਠੇ ਆ ਵਰਤਣਗੇ ਕਿਹਦੇ ਰਾਹੀਂ ਕਿਸੇ ਲੋਭੀ ਲਾਲਚੀਆਂ ਰਾਹੀਂ ਵਰਤਣਗੇ ਜਾਂ ਜੀਵਨ ਤੋਂ ਗਿਰਿਆ ਰਾਹੀਂ ਨਹੀਂ ਬਾਬਾ ਜੀ ਬਾਣੀ ਦੁਆਰਾ ਮੋਹਰ ਲਾ ਰਹੇ ਨਾਨਕ ਗੋਬਿੰਦ ਵਰਤਦਾ ਪ੍ਰਗਟ ਸੰਤ ਜਨ ਪਰ ਸੰਤ ਹੋਵੇ ਜਦੋਂ ਤੂੰ ਮਾਂ ਦੇ ਪੇਟ ਤੋਂ ਜਨਮ ਲੈ ਲਿਆ ਕਿਤੇ ਮੰਦੇ ਭੈਣ ਨਾ ਰੱਖਿਆ ਹੋਵੇ ਉਹਨਾਂ ਰਾਹੀਂ ਵਰਤਦੇ ਹਨ ਅੱਜ ਉਹ ਮਾਤਾ ਦੀ ਯਾਦ ਵਿੱਚ ਸੁਰਿੰਦਰ ਕੌਰ ਮਾਤਾ ਸਾਲ ਭਰ ਤੋਂ ਬਾਅਦ ਹੁਣ ਪਾਠ ਪ੍ਰਗਾਸ਼ ਹੋਇਆ ਸਹਿਜ ਪਾਠ ਜਤੀ ਜੀ ਹੁਣਾਂ ਨੇ ਕਰਵਾਇਆ ਸਾਰੇ ਪਰਿਵਾਰ ਨੇ ਉਹਨਾਂ ਦੇ ਮਿੱਤਰ ਦੋਸਤ ਭਾਈ ਸਾਰੇ ਪਰਿਵਾਰ ਦੇ ਸਕੇ ਸਕੂਏ ਸਾਰੇ ਜੀ ਆਏ ਵੇ ਆ ਕਿਉਂ ਇਹਨਾਂ ਦੇ ਨਾਲ ਪਿਆਰ ਹੈ ਸਤਿਕਾਰ ਹੈ ਅਤੇ ਇਹਨਾਂ ਨੂੰ ਜਦੋਂ ਕੋਈ ਆਵਾਜ਼ ਮਾਰਦਾ ਉਹਨਾਂ ਦੇ ਕੰਮ ਵੀ ਕਰਦੇ ਆ ਜਾ ਕੇ ਕਿਉਂ ਨਾ ਕਰਨ ਆਪਣਿਆਂ 'ਤੇ ਮਾਣ ਹੁੰਦਾ ਇਸ ਲਈ ਇਹ ਸ਼ੁਭ ਸਮਾਂ ਹੈ ਸ਼ੁਭ ਸਮੇਂ ਕਿਹਦੇ ਲਈ ਬਣਦੇ ਆ ਜਿਹੜੇ ਚੰਗੇ ਭਾਗਾਂ ਵਾਲੇ ਜੀ ਹੁੰਦੇ ਆ ਉਹਨਾਂ ਵਾਸਤੇ ਸ਼ੁਭ ਸਮੇਂ ਬਣਦੇ ਆ
ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗਾ ਆਏ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਸ ਨਾ ਵਸਾਏ। ਹਰ ਸੇਤੀ ਮਨ ਰਾਵ ਰਿਹਾ, ਸੱਚੇ ਰਿਹਾ ਸਮਾਏ। ਨਾਨਕ ਹੋ ਬਲਿਹਾਰੀ ਤਿੰਨ ਕੋ, ਜੋ ਚੱਲਣ ਸਤਿਗੁਰ ਪਾਏ। ਗੁਰੂ ਨਾਨਕ ਸਾਹਿਬ ਕਿਹਦੇ ਬਲਿਹਾਰ ਹੈ? ਜਿਹੜੇ ਉਹਨਾਂ ਦੇ ਹੁਕਮ ਵਿੱਚ ਜਾਂਦੇ ਆ ਤੇ ਹੁਕਮ ਵਿੱਚ ਆਉਂਦੇ ਆ। ਕਈ ਜਦੋਂ ਜੀ ਜਾਂਦਾ ਹੈ ਬੜੇ ਰੋਂਦੇ ਆ। ਬਾਬਾ ਜੀ ਕਹਿੰਦੇ ਸੀ ਨਹੀਂ, ਰੋਣਾ ਨਹੀਂ ਚਾਹੀਦਾ, ਨਿਕਲ ਜਾਂਦਾ ਮੱਲੋ ਮੱਲੀ ਰੋਣ, ਕੋਈ ਛੋਟੀ ਜਿਹੀ ਗੱਲ ਨਹੀਂ ਹੁੰਦੀ। ਇੱਕ ਡਾਹਣੀ ਨਾਲ ਜੇ ਆਪਾਂ ਪੱਤਾ ਤੋੜ ਲਈਏ, ਉਹਦੇ ਵਿੱਚੋਂ ਵੀ ਪਾਣੀ ਸਿੰਮਦਾ ਜਾਂ ਦੁੱਧ ਸਿੰਮਦਾ। ਕਿਉਂ? ਇੱਕ ਕਦੋਂ ਦੇ ਸੰਯੋਗ ਹੁੰਦੇ ਆ, ਇਹ ਚੀਜ਼ ਆਉਂਦੀ ਹੈ, ਪਰ ਇਹ ਯਾਦ ਕਰਨਾ ਇਹ ਬਹੁਤ ਵੱਡੀ ਗੱਲ ਹੈ। ਨਾਲੇ ਤਾਂ ਉਹਨਾਂ ਦੀ ਯਾਦ ਮਨਾਈ ਗਈ, ਨਾਲੇ ਕਿੰਨੀਆਂ ਸੰਗਤਾਂ ਲਾਹਾ ਲੈ ਰਹੀਆਂ। ਜਿਹੜੇ ਲੋਕ ਨਾਮ ਨਹੀਂ ਜਪਦੇ, ਬਾਣੀ ਨਹੀਂ ਪੜ੍ਹਦੇ, ਅੰਮ੍ਰਿਤ ਵੇਲੇ ਨਹੀਂ ਉੱਠਦੇ, ਬਾਬਾ ਜੀ ਪਤਾ ਉਹਨਾਂ ਲਈ ਕੀ ਵਚਨ ਕਹਿ ਰਹੇ ਹਨ। ਖਾਂਦਿਆਂ ਖਾਂਦਿਆਂ ਮੂੰਹ ਘਟਾ, ਮੂੰਹ ਵੀ ਘਟ ਜਾਂਦਾ, ਦੰਦ ਵੀ ਜਵਾਬ ਦੇ ਜਾਂਦਾ, ਹੁਣ ਤਾਂ ਬਨਾਉਟੀ ਜਿਹਾ ਲਾਉਣ ਲੱਗ ਗਏ। ਖਾਂਦਿਆਂ ਖਾਂਦਿਆਂ ਮੂੰਹ ਘਟਾ, ਪਹਿਨਦਿਆਂ ਸਭ ਅੰਗ, ਬਈ ਅੰਗ ਵੀ ਜਵਾਬ ਦੇ ਜਾਂਦੇ ਆ, ਕੋਈ ਜੀ ਲੀੜੇ ਪਾਉਂਦਾ ਉਹਦੀ। ਧਿਰਕ ਤਿੰਨਾਂ ਦਾ ਜੀਵਿਆ, ਜੇ ਸੱਚ ਨਾ ਲੱਗੋ ਰੰਗ। ਗੁਰੂ ਸਾਹਿਬ ਬਚਨ ਕਰਦੇ ਆ, ਧਿਰਕ ਆ ਉਹਨਾਂ ਲੋਕਾਂ ਦਾ ਜਿਉਣਾ ਜੇ ਉਹਨਾਂ ਨੂੰ ਹਜੇ ਵੀ ਸੱਚ ਦਾ ਰੰਗ ਨਹੀਂ ਲੱਗਿਆ। ਅਤ ਸੁੰਦਰ, ਦੇਖੋ ਕਿੱਡਾ ਸੋਹਣਾ ਬਚਨ ਬਾਬਾ ਜੀ ਬਾਣੀ ਦੁਆਰਾ ਕਰ ਰਹੇ ਹੈ। ਅਤ ਸੁੰਦਰ, ਵੀ ਸਭ ਤੋਂ ਵਧੀਆ ਜੀ ਹੋਵੇ, ਸਭ ਤੋਂ ਚੰਗਾ ਸੋਹਣਾ ਸੁਨੱਖਾ। ਅਤ ਸੁੰਦਰ ਕਲੀਨ ਚਤਰ, ਵੀ ਚਤਰ ਵੀ ਸਿਆਣਾ ਵੀ ਇੰਨਾ ਹੋਵੇ ਵੀ ਉਹਦੇ ਮੁਕਾਬਲੇ 'ਚ ਕੋਈ ਆਈ ਨਹੀਂ। ਅਤ ਸੁੰਦਰ ਕਲੀਨ ਚਤਰ, ਮੁੱਖ ਅਗਿਆਨੀ, ਗਿਆਨ ਦਾ ਵੀ ਭੰਡਾਰ ਹੋਵੇ। ਧਨ ਬੰਤ, ਧਨ ਵਿੱਚ ਵੀ ਪੂਰਾ ਹੋਵੇ। ਮ੍ਰਿਤਕ ਕਹੀਏ ਨਾਨਕਾ, ਜੈ ਪ੍ਰੀਤ ਨਹੀਂ ਭਗਵੰਤ। ਉਹ ਵੀ ਇਨਸਾਨ ਮ੍ਰਿਤਕ ਦੀ ਨਿਆਈ ਹੈ ਜੇ ਉਹਦੀ ਗੁਰੂ ਨਾਲ ਪ੍ਰੀਤ ਨਹੀਂ, ਉਹਦਾ ਗੁਰੂ ਨਾਲ ਪਿਆਰ ਨਹੀਂ। ਇਸ ਲਈ ਭਾਈ ਸਾਨੂੰ ਗੁਰੂ ਨਾਲ ਪਿਆਰ ਰੱਖਣਾ ਸਾਡੇ ਲਈ ਜ਼ਰੂਰੀ ਹੈ। ਇਹ ਜਿਹੜੇ ਸਮੇਂ ਹੈ, ਇਹ ਬਾਬਾ ਜੀ ਕਹਿੰਦੇ ਸੀ ਭਾਈ ਬੜੇ ਔਖੇ ਲੰਘਦੇ ਆ, ਪਰ ਜੇ ਅਸੀਂ ਗੁਰੂ ਨਾਲ ਜੁੜੇ ਹਾਂ ਫਿਰ ਇਹ ਸੌਖੇ ਲੰਘਦੇ ਆ। ਜਦੋਂ ਜੀਵ ਆਉਂਦਾ ਕਿੱਡਾ ਹੁੰਦਾ, ਤੁਸੀਂ ਹੁਣ ਮਾਤਾ ਤੇ ਲਾ ਲਓ, ਇਹਨਾਂ ਨੇ ਕਿੰਨੀ ਜ਼ਿੰਦਗੀ, 72 ਸਾਲ ਦੀ ਉਮਰ, 50 ਸਾਲ ਦਾ ਅੰਦਾਜ਼ਾ ਹੀ ਹੈ ਮੇਰਾ, 50 ਸਾਲ ਦਾ ਜਤੀ ਜੀ ਹੋਣਾ ਨਾਲ ਉਹਨਾਂ ਦਾ ਮੇਲ ਹੋਵੇਗਾ, ਤੇ ਕਿੰਨੀ ਘਰ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ, ਕਿੰਨਾ ਵਿਚਾਰੀ ਨੇ ਜ਼ਿੰਮੇਵਾਰੀ ਸਾਂਭੀ, ਕਿੰਨੇ ਬੱਚਿਆਂ ਨੂੰ ਪਿਆਰ ਦਿੱਤਾ, ਪੈਦਾ ਕੀਤਾ, ਤੇ ਜਾਣ ਵੇਲੇ ਕੋਈ ਜ਼ੋਰ ਨਹੀਂ, ਉਹ ਰੱਬ ਨੇ ਸੱਦ ਲਿਆ ਤੇ ਚਲੇ ਗਏ। ਇਹ ਸਭ ਤੇ ਆਉਂਦਾ, ਤੇ ਜਦੋਂ ਜੀਵ ਆਉਂਦਾ ਕਿੱਡਾ ਕੁ ਹੁੰਦਾ, ਜਾਂ ਬੱਚਾ ਹੋਵੇ ਜਾਂ ਬੱਚੀ ਹੋਵੇ, ਏਡਾ ਕੁ ਹੁੰਦਾ, ਕਿਲੋ 2 ਕਿਲੋ ਦਾ ਹੁੰਦਾ ਉਹ, ਤੇ ਉਹ ਇੰਨਾ ਕੁ ਭਾਰ ਹੁੰਦਾ, ਤੇ ਏਡਾ ਕੁਛ ਕਰਾ ਕੇ ਸਾਰਾ ਕੁਛ ਜਦੋਂ ਚਲਿਆ ਜਾਂਦਾ
ਉਹ ਗੁਥਲੀ ਵਿੱਚ ਪਾ ਲੈਂਦੇ ਆ, ਉਹਨਾਂ ਕੁ ਭਾਰ ਹੀ ਜਾਣ ਵੇਲੇ ਹੋ ਜਾਂਦਾ, ਨਾਲ ਤਾਂ ਕੁਛ ਨਹੀਂ ਲੈ ਕੇ ਗਿਆ, ਇੱਕ ਚੀਜ਼ ਜਾਂਦੀ ਆ ਨਾਲ, ਸੇਵਾ ਤੇ ਸਿਮਰਨ, ਇਹ ਚੀਜ਼ ਨਾਲ ਜਾਂਦੀ ਹੈ। ਬਾਬਾ ਜੀ ਬੜਾ ਸੋਹਣਾ ਬਚਨ ਕਰਦੇ ਆ, ਇਹ ਮਨ ਪਿਆਰਿਆ, ਮਨ ਨੂੰ ਕਿਹਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ, ਬਈ ਸੱਚ ਦੀ ਸੰਭਾਲ ਕਰ, ਤੂੰ ਸਦਾ ਸੱਚ ਸੰਭਾਲੇ, ਇਹੋ ਕਟੰਬ ਤੂੰ ਜੇ ਵੇਖਦਾ, ਪੁੱਤਰ ਧੀਆਂ ਜਾਇਦਾਦ, ਬੰਦਾ ਕਹਿੰਦਾ ਮੈਂ ਆਹ ਬਣਾ ਲਾ ਆਹ ਬਣਾ ਲਾ, ਮਿੰਟ ਸਭ ਕੁਛ ਛੱਡ ਕੇ ਤੁਰ ਜਾਵੇ, ਇਹੋ ਕਟੰਬ ਤੂੰ ਜੇ ਵੇਖਦਾ, ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰੇ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈ ਹੈ। ਤੂੰ ਕਿੰਨਾ ਚਿੱਤ ਲਾਈ ਬੈਠਾ, ਸਾਥ ਤੇਰੇ ਜਾਣਾ ਕਿਸੇ ਨੇ ਨੀ, ਐਸਾ ਕੰਮ ਮੂਲੇ ਨਾ ਕੀਚੈ, ਜਿੱਤ ਅੰਤ ਪੱਛੋਂ ਤਾਈ। ਬਾਬਾ ਜੀ ਆਪਣੇ ਬਚਨ ਕਰਦੇ ਸੀ, ਭਾਈ ਅਸੀਂ ਬੱਚੇ ਵੀ ਪਾਲਣੇ ਹੈ, ਕਾਰੋਬਾਰ ਵੀ ਕਰਨੇ ਹੈ, ਜਾਇਦਾਦਾਂ ਵੀ ਵਧਾਉਣੀਆਂ, ਇਹ ਨਹੀਂ ਵੀ ਛੱਡ ਦੇਣਾ ਸਾਰਾ ਕੁਛ। ਪਰ ਜਿਹੜੀ ਪਿਛਲੀ ਪੰਕਤੀ ਬਾਬਾ ਜੀ ਨੇ ਬਚਨ ਕੀਤਾ ਨਾ, ਪੱਸੋ ਤਾਉਣ ਵਾਲੀ, ਉਹ ਸਾਡੇ ਲਈ ਜ਼ਰੂਰੀ ਹੈ। ਉਹ ਅਸੀਂ 24 ਘੰਟਿਆਂ 'ਚ 2-2.5 ਘੰਟੇ ਰੱਬ ਵਾਲੇ ਪਾਸੇ ਲਾਉਣੇ ਹੈ। ਜੇ ਅਸੀਂ ਉਹ ਲਾਵਾਂਗੇ, ਆ ਹੁਣ ਆਪਾਂ ਇੱਕ ਸੀ ਅੱਗੇ ਵੀ ਇਹ ਬਚਨ ਕਿਤੇ ਦੱਸਿਆ ਹੋਵੇਗਾ, ਅੱਗੇ ਪਿੰਡਾਂ ਦੇ ਵਿੱਚ ਸੀ ਜਿਹੜੇ ਪੁਰਾਣੇ ਬਜ਼ੁਰਗ, ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੋਵੇਗਾ। ਜਿਹੜੀਆਂ ਮਾਈਆਂ ਹੁੰਦੇ, ਬੜੀਆਂ ਸਿਆਣੀਆਂ ਮਾਈਆਂ ਹੁੰਦੀਆਂ, ਇਹਨਾਂ ਨੇ ਕੀ ਕਰਨਾ, ਇੱਥੇ ਵੀ ਹੋਣਗੀਆਂ। ਉਹਨਾਂ ਨੇ ਜਦੋਂ ਚੂਨ ਭੂਨ ਉਹਨਾਂ ਦੇ ਹੱਥ ਲੱਗ ਗਿਆ, ਕੋਈ ਪੈਸਾ ਦਸਾ ਪਾ ਲਿਆ, ਉਹਨਾਂ ਨੇ ਇਕੱਠਾ ਕਰੀ ਜਾਣਾ ਤੇ ਕਿਸੇ ਜੀ ਨੂੰ ਘਰਦੇ ਨੂੰ ਦੱਸਣਾ ਨਹੀਂ, ਬਾਵਾ ਝੋਲਾ ਭਰ ਲੈਣਾ, ਬੈਗ ਲੈ ਲਓ, ਕੋਈ ਝੋਲਾ ਲੈ ਲਓ। ਉਹਨਾਂ ਕੋਲ ਪੂੰਜੀ ਚੰਗੀ ਇਕੱਠੀ ਕਰ ਲੈਂਦੀ, ਪਰ ਦੱਸਦੀਆਂ ਨੀ ਕਿਸੇ ਨੂੰ, ਚੋਰੀ ਰੱਖਦੀਆਂ ਸਾਰਿਆਂ ਤੋਂ। ਤੁਸੀਂ ਕਹੋਗੇ ਹੈ ਘਰ ਦੀ ਮਾਲਕਣ ਚੋਰੀ ਕਿਉਂ ਰੱਖਦੀ ਹੈ, ਉਹ ਫਿਰ ਕਦੋਂ ਕੱਢਦੀ ਹੈ? ਜਦੋਂ ਘਰ ਵਾਲੇ ਨੂੰ ਇੱਕ ਦਿਨ ਇਹੋ ਜਿਹਾ ਸਮਾਂ ਆ ਜਾਂਦਾ ਹੈ, ਨਾ ਤਾਂ ਕੋਈ ਆੜਤੀਆ ਪੈਸਾ ਦਿੰਦਾ ਹੈ, ਉਹਨੂੰ ਪੈਸੇ ਦੀ ਲੋੜ ਪੈ ਜਾਂਦੀ ਹੈ, ਕੋਈ ਮਿੱਤਰ ਦੋਸਤ ਕੋਲ ਜਾਂਦੇ ਉਹ ਵੀ ਨਹੀਂ ਦਿੰਦਾ, ਫਿਰ ਆ ਕੇ ਸਿਰ ਫੜ ਕੇ ਬਹਿ ਜਾਂਦਾ ਘਰ ਵਿੱਚ। ਉਹ ਫਿਰ ਮਾਤਾ ਘਰ ਵਾਲੀ ਪੁੱਛਦੀ ਹੈ ਕਿ ਕੀ ਗੱਲ, ਤੁਸੀਂ ਅੱਜ ਢਿੱਲੇ ਜੇ ਕਿਉਂ ਬੈਠੇ ਹੋ, ਕਿਉਂ ਸਿਰ ਫੜਿਆ ਤੁਸੀਂ? ਕੀ ਦੱਸੋ ਭਗਵਾਨੇ, ਅੱਜ ਮਨ ਖੁਸ਼ ਨਹੀਂ ਹੈ। ਨਹੀਂ ਦੱਸੋ ਤਾਂ ਸਹੀ, ਆਖਿਰਕਾਰ ਅਸੀਂ, ਮੈਂ ਤੁਹਾਡੇ ਘਰੋਂ ਹੈ, ਤੁਹਾਡੇ ਨਾਲ ਮੈਂ ਹਿੱਸਾ ਵਡਾਉਂਗੀ, ਮੈਨੂੰ ਗੱਲ ਤਾਂ ਦੱਸੋ ਵੀ ਚੋ ਕੀ ਹੈ, ਕਿਸੇ ਨੇ ਕੁਛ ਉਹਨੂੰ ਕਹਿ ਦਿੱਤਾ, ਕਿਸੇ ਨਾਲ ਲੜ ਪਏ, ਕੋਈ ਗੱਲ ਹੋਰ ਹੋ ਗਈ, ਦੱਸੋ ਤਾਂ ਸਹੀ ਨਾ ਮੈਨੂੰ ਆਪਦਾ ਫਿਕਰ। ਸਭ ਤੋਂ ਵੱਧ ਘਰ ਵਾਲੀ ਇਸਤਰੀ ਨੂੰ ਫਿਕਰ ਹੁੰਦਾ। ਹੁਣ ਮੈਂ ਇੱਕ ਬੇਇੱਜ਼ਤੀ ਬਚਨ ਹੋਰ ਵੀ ਕਹਿ ਰਿਹਾ, ਆ ਕਈ ਬੰਦੇ ਸ਼ਰਾਬਾਂ ਪੀਂਦੇ ਆ, ਮਾਈਆਂ ਕਹਿਣਗੀਆਂ ਵੀ ਤੁਸੀਂ ਸ਼ਰਾਬ ਨਾ ਪੀਆ ਕਰੋ, ਤੂੰ ਨਾ ਮੈਨੂੰ ਭਾਗਵਾਨ ਨੇ ਕਹੀ, ਹੋਰ ਕੋਈ ਕਹਿ ਦੇਵੇ, ਅਸੀਂ ਆਹ ਡਰਾਬਾ ਦਿੰਦੇ ਹਾਂ, ਉਹਨਾਂ ਤੋਂ ਬਗੈਰ ਦੱਸੋ ਫਿਕਰ ਕਿਹਨੂੰ ਹੁੰਦਾ, ਹੋਰ ਤਾਂ ਕਿਸੇ ਨੂੰ ਫਿਕਰ ਨਹੀਂ ਹੁੰਦਾ।
ਇਸ ਲਈ ਉਹ ਜਿਹੜੀ ਮਾਤਾ ਉਹ ਫਿਰ ਕਹਿੰਦੀ ਹੈ ਜੀ ਮੈਨੂੰ ਦੱਸੋ ਤਾਂ ਸਹੀ ਵੀ ਤੁਹਾਨੂੰ ਕੀ ਫਿਕਰ ਹੈ। ਉਹ ਕਹਿੰਦਾ ਕੀ ਦੱਸਾਂ, ਮੈਨੂੰ ਅੱਜ ਪੈਸਾ ਕਿਸੇ ਨੇ ਨਹੀਂ ਦਿੱਤਾ, ਮੈਨੂੰ ਪੈਸੇ ਦੀ ਲੋੜ ਪੈ ਗਈ, ਅੱਜ ਮੇਰੇ ਕੋਲ ਪੈਸਾ ਨਹੀਂ ਹੈ ਜਮ੍ਹਾਂ ਦੀ, ਮੈਂ ਔਖਾ ਹੈ ਤਾਂ ਕਰਕੇ ਮੈਨੂੰ ਫਿਕਰ ਹੈ। ਉਹ ਫਿਰ ਉਹ ਜਿਹੜੇ ਪੈਸੇ ਇਕੱਠੇ ਕੀਤੇ ਹੁੰਦੇ ਨਾ ਸਭ ਤੋਂ ਲੁਕੋ ਕੇ ਉਹ ਲਿਆ ਕੇ ਢੇਰੀ ਕਰ ਦਿੰਦੀ ਹੈ, ਮੂਹਰੇ ਆਹ ਲਓ ਜੀ ਤੁਸੀਂ ਕਿਉਂ ਫਿਕਰ ਕਰਦੇ ਹੋ ਪੈਸੇ ਆਪਣੇ। ਉਹ ਬੰਦੇ ਦੀ ਖੁਸ਼ੀ ਦੀ ਹੱਦ ਨਹੀਂ ਰਹਿੰਦੀ, ਇੰਨਾ ਖੁਸ਼ ਹੁੰਦਾ। ਕਿਉਂ ਖੁਸ਼ ਹੁੰਦਾ? ਕਹਿੰਦਾ ਤੂੰ ਕਿੱਥੋਂ ਲਿਆਉਂਦੇ ਇਹ ਪੈਸੇ? ਉਹ ਕਹਿੰਦੀ ਤੁਹਾਨੂੰ ਮੈਂ ਲਿਆ ਕੇ ਦਿੱਤੇ, ਮੈਂ ਕਿਤੇ ਮੇਰੇ ਹੱਥ ਲੱਗ ਜਾਂਦੇ ਸੀ ਮੈਂ ਜੋੜਦੀ ਰਹਿੰਦੀ ਸੀ ਥੋੜ੍ਹੇ ਥੋੜ੍ਹੇ, ਅਤੇ ਅੱਜ ਆਪਾਂ ਨੂੰ ਲੋੜ ਪੈ ਗਈ ਮੈਂ ਕੱਢ ਲਏ ਔਖੇ ਸਮੇਂ ਵਾਸਤੇ। ਮਾਈਆਂ ਦੇ ਵਿੱਚ ਐਡੇ ਐਡੇ ਗੁਣ ਹੁੰਦੇ ਆ, ਬਾਬਾ ਜੀ ਐਵੇਂ ਨਹੀਂ ਕਿਰਪਾ ਕਰਦੇ। ਅਸੀਂ ਦੱਸਦੇ ਹੁੰਦੇ ਅੱਜ ਕੱਲ੍ਹ ਦੇ ਬੱਚੇ ਬੱਚੀਆਂ ਮਾਪਿਆਂ ਨੂੰ ਟਿਚਕਰੀਆਂ ਹੀ ਕਰਦੇ ਆ, ਮਾਪਿਆਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਨਾ ਬਈ ਨਾ, ਕਦੇ ਮਾਤਾ ਪਿਤਾ ਨੂੰ ਮਾੜਾ ਨਾ ਕਹੋ, ਮਾਤਾ ਪਿਤਾ ਦਾ ਸਤਿਕਾਰ ਕਰੋ। ਜੇ ਰੱਬ ਦੀ ਖੁਸ਼ੀ ਚਾਹੁੰਦੇ ਹੋ ਤਾਂ ਮਾਤਾ ਪਿਤਾ ਦਾ ਸਤਿਕਾਰ ਕਰੋ, ਜੇ ਰੱਬ ਦੀ ਖੁਸ਼ੀ ਨਹੀਂ ਚਾਹੁੰਦੇ ਫਿਰ ਤੁਹਾਡੀ ਮਰਜ਼ੀ ਹੈ। ਭਾਵਾਂ ਬਾਬਾ ਜੀ ਕਹਿੰਦੇ ਬੰਦਾ ਪੁੱਠਾ ਲਟਕ ਲੇ ਤਪੱਸਿਆ ਕਰ ਲੇ, ਜੇ ਮਾਪਿਆਂ ਦੀ ਖੁਸ਼ੀ ਨਹੀਂ ਨਾ ਸਭ ਨਿਸਫਲ। ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਆ, ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਵਾ। ਮਾਂ ਦਾ ਕਿਉਂ ਨਾਂ ਲਿਆ? ਉਹ 9 ਮਹੀਨੇ ਬੱਚੇ ਨੂੰ ਪੇਟ 'ਚ ਰੱਖਦੀ ਹੈ, ਫਿਰ ਵਿਚਾਰੀ ਔਖੀ ਹੁੰਦੀ ਹੈ, ਫਿਰ ਉਹਨੂੰ ਜਨਮ ਦਿੰਦੀ ਹੈ, ਉਹਦਾ ਗੱਲ ਮੰਨ ਚੁੱਕਦੀ ਹੈ, ਸਾਰੀ ਉਮਰ ਉਹਨਾਂ ਦੀ ਖਾਤਰ ਅਰਦਾਸਾਂ ਕਰਦੀ ਹੈ, ਅਤੇ ਉਸ ਮਾਂ ਨੂੰ ਜੇ ਬੱਚੇ ਮਾੜਾ ਕਹਿਣਗੇ ਰੱਬ ਦੀ ਖੁਸ਼ੀ ਕਿੱਥੋਂ ਭਾਲਦੇ ਆ? ਨਹੀਂ ਮਿਲਣੀ। ਬਾਬਾ ਜੀ ਮਾਤਾ ਦਾ ਨਾਂ ਲਿਆ ਅਤੇ ਨਾਲ ਪਿਤਾ ਦਾ ਲਿਆ, ਅਤੇ ਜਿਹੜਾ ਪਿਤਾ ਹੈ ਉਹ ਕਮਾਈ ਕਰਦਾ ਘਰ ਬਾਰ ਬਣਾਉਂਦਾ, ਕਿਹਦੀ ਖਾਤਰ? ਬੱਚਿਆਂ ਦੀ ਖਾਤਰ। ਅਤੇ ਜੇ ਉਹ ਬੱਚੇ ਫਿਰ ਆ ਗਏ ਮੌਜਾਂ ਮਾਰਨ ਕਹਿਣ ਆਉਂਦਾ ਹੁਣ ਮੈਨੂੰ ਵੀ ਪਿਤਾ ਦੀ ਲੋੜ ਹੈ, ਫਿਰ ਬਾਬਾ ਜੀ ਕਹਿੰਦੇ ਉਹ ਖਾਲੀ ਰਹਿ ਜਾਂਦੇ ਹੈ। ਨਾ ਬਈ ਪਿਆਰਿਓ, ਮਾਤਾ ਪਿਤਾ ਅਸੀਂ ਉਹਨਾਂ ਦੀ ਸੇਵਾ ਕਰਨੀ ਹੈ, ਉਹਨਾਂ ਨੂੰ ਖੁਸ਼ ਰੱਖਣਾ ਹੈ, ਉਹਨਾਂ ਨੂੰ ਇੰਨਾ ਉਹਨਾਂ ਨਾਲ ਪਿਆਰ ਕਰਨਾ ਹੈ ਕਿ ਉਹਨਾਂ ਦੀ ਜ਼ਿੰਦਗੀ ਵੱਧ ਜਾਵੇ। ਬਾਬਾ ਜੀ ਕਹਿੰਦੇ ਬੱਚੇ ਹੁਕਮ ਵਿੱਚ ਹੈ ਤਾਂ ਮਾਪੇ ਦੀ ਜ਼ਿੰਦਗੀ ਵੱਧ ਜਾਂਦੀ ਹੈ, ਜੇ ਬੱਚੇ ਹੁਕਮ ਵਿੱਚ ਨਹੀਂ ਮਾਪੇ ਦੀ ਜ਼ਿੰਦਗੀ ਘੱਟ ਜਾਂਦੀ ਹੈ। ਇਸੇ ਲਈ ਬਾਬਾ ਜੀ ਨੇ ਬਾਣੀ ਅੰਦਰ ਕਿਰਪਾ ਕੀਤੀ ਹੈ, ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ। ਅਤੇ ਗੁਰਮੁਖ ਪਿਆਰਿਓ, ਮਾਤਾ ਪਿਤਾ ਦਾ ਤੇ ਧਿਆਨ ਰੱਖਣਾ ਅਤੇ ਇਹ ਵੱਡੀ ਚੀਜ਼ ਹੈ। ਅੱਜ ਆਪਾਂ ਜਿਹੜੇ ਇਸ ਸਮਾਗਮ ਸ਼ੁਭ ਸਮਾਗਮ ਵਿੱਚ ਆਏ ਹਾਂ, ਅਸੀਂ ਸਾਨੂੰ ਪਰਸੋਂ ਕਿਸੇ ਨੇ ਦੱਸਿਆ ਸੀ ਜੀ ਤੁਹਾਡਾ ਮਿਸ਼ਨ ਪ੍ਰੋਗਰਾਮ ਹੈ, ਮੈਂ ਕਿਹਾ ਵੀ ਸਾਨੂੰ ਤਾਂ ਕੋਈ ਪਤਾ ਨਹੀਂ, ਸਾਨੂੰ ਤਾਂ ਕਿਸੇ ਨੇ ਦੱਸਿਆ ਨਹੀਂ, ਅਤੇ ਸਾਡਾ ਕਾਹਦਾ ਪ੍ਰੋਗਰਾਮ ਹੈ? ਅਸੀਂ ਇਉਂ ਕਿਹਾ। ਫਿਰ ਸਾਨੂੰ ਦੱਸਿਆ ਜਤਿੰਦਰ ਜੀ ਹੋਣਾ ਜਤੀ ਜੀ ਦਾ ਨਾਂ ਲੈ ਕੇ ਵੀ ਉਹਨਾਂ ਦਾ, ਮੈਂ ਕਿਹਾ ਉਹਨਾਂ ਦਾ ਸਾਨੂੰ ਫੋਨ ਆ ਜਾਣਾ ਸੀ ਫਿਰ। ਅਤੇ ਫਿਰ ਇਹਨਾਂ ਨੇ ਕੱਲ੍ਹ ਸਾਨੂੰ 2 ਫੋਨ ਕੀਤੇ, ਬਾਬਾ ਜੀ ਤੁਸੀਂ ਪ੍ਰੋਗਰਾਮ ਬਣਾਓ, ਅਤੇ ਐਡੇ ਸਾਡੇ ਪਿਆਰ ਵਾਲੇ ਬੰਦੇ ਹੁਣ ਅਸੀਂ ਕਿਵੇਂ ਨਾ ਬਣਾਵਾਂਗੇ।
ਹੈ ਇਹ ਕੋਈ ਛੋਟੀ ਜਿਹੀ ਗੱਲ ਥੋੜ੍ਹੋ ਜੇ ਮੈਂ ਦੱਸਦੇ ਹਾਂ ਕੋਈ ਕੋਈ ਮਾੜੀ ਗੱਲ ਨਹੀਂ ਅਸੀਂ ਬਾਬਾ ਜੀ ਦੇ ਨਾਲ ਕਿਤੇ ਗਏ ਸਾਡੇ ਸੈਕਟਰੀ ਸਾਹਿਬ ਇਹਨਾਂ ਦੇ ਡੈਡੀ ਜੀ ਉਹ ਬਹੁਤ ਤਨਖ ਵਾਲੇ ਵਧੀਆ ਬੰਦੇ ਸੀ ਕਿਤੇ ਚੰਡੀਗੜ੍ਹ ਗਏ ਮੈਂ ਮੋਟੀ ਜਿਹੀ ਗੱਲ ਹੀ ਵਿੱਚੋਂ ਦੱਸੂੰਗਾ ਬਾਬਾ ਜੀ ਮੈਨੂੰ ਕਹਿੰਦੇ ਵੀ ਗੱਲ ਸੁਣ ਲਾ ਇੱਕ ਘੰਟੇ 'ਚ ਗੱਡੀ ਚੰਡੀਗੜ੍ਹ ਲਾਉਣੀ ਪਊ ਕਿਉਂਕਿ ਉੱਥੇ ਖੰਡ ਪਾਠ ਦੇ ਭੋਗ 'ਤੇ ਜਾਣਾ ਸੀ ਗਿਆਨੀ ਜੈਲ ਸਿੰਘ ਦੀ ਕੁੜੀ ਦਾ ਵਿਆਹ ਸੀ ਮੁੱਖ ਮੰਤਰੀ ਸੀ ਟਾਈਮ ਦਿੱਤਾ ਉਹਨਾਂ ਨੇ ਬੰਦੇ ਭੇਜੇ ਅਸੀਂ ਚੱਲ ਪਏ ਜਗਰਾਉਣ ਤੋਂ ਹੁਣ ਸੈਕਟਰੀ ਸਾਹਿਬ ਹੋਣਾ ਨੂੰ ਅਤੇ ਬ੍ਰਿਗੇਡੀਅਰ ਹਰਦਿਆਲ ਸਿੰਘ ਉਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ ਬਾਬਾ ਜੀ ਮੈਨੂੰ ਕਹਿੰਦੇ ਘੰਟੇ 'ਚ ਗੱਡੀ ਲਾ ਦੇ ਅਸੀਂ ਰੇਲ ਖੋਲ੍ਹੀ ਰੱਖੀ ਆ ਹੁਣ ਸਿਵਰ ਲਾਈਨ ਗੱਡੀ ਸੀ ਅਮਰੀਕਾ ਦੀ ਬਹੁਤ ਭਾਜੀ ਸੀ ਅਸੀਂ ਸਿਰੇ ਲੱਗ ਗਏ ਮੈਨੂੰ ਮੈਂ ਹੀ ਪੰਜ ਚਾਰ ਮਿੰਟ ਘੰਟੇ ਤੋਂ ਉੱਤੇ ਹੋਏ ਜਦੋਂ ਬਾਬਾ ਜੀ ਜਾ ਕੇ ਬੈਠ ਗਏ ਅਤੇ ਸੈਕਟਰੀ ਸਾਹਿਬ ਮੇਰੀ ਬਾਂਹ ਫੜ ਲਿਆ ਸੀ ਬਾਹਰ ਅਤੇ ਮੈਨੂੰ ਕਹਿੰਦੇ ਵਾ ਆਹ ਦੇਖ ਮੇਰੀ ਢੂਹੀ ਭਿੱਜੀ ਪਈ ਆ ਸਾਰੀ ਉਹ ਤੈਨੂੰ ਸ਼ਰਮ ਨਾ ਆਈ ਘੱਟੋ ਘੱਟ ਉਹਨਾਂ ਨੇ ਦਸ ਪੰਦਰਾਂ ਗਾਲਾਂ ਨਾ ਕਰਾਰੀਆਂ ਕਰਾਰੀਆਂ ਜਿਵੇਂ ਜੱਟ ਕੱਢਦੇ ਹੁੰਦੇ ਐਂ ਕੱਢੀਆਂ ਸਾਨੂੰ ਅਸੀਂ ਵੀ ਉਹਨਾਂ ਦਾ ਗੁੱਸਾ ਕੀਤਾ ਕਿਉਂਕਿ ਕਸੂਰਦਾਰ ਸੀ ਅਤੇ ਗੱਡੀ ਵੀ ਬਹੁਤ ਤੇਜ਼ ਚਲਾਈ ਉਹ ਨਾ ਤੈਨੂੰ ਬਾਬਿਆਂ ਦਾ ਫਿਕਰ ਉਹ ਨਾ ਤੈਨੂੰ ਸਾਡਾ ਫਿਕਰ ਉਹ ਨਾ ਤੈਨੂੰ ਆਪ ਦਾ ਫਿਕਰ ਤੂੰ ਮੈਨੂੰ ਇਹ ਜਵਾਬ ਤਾਂ ਦੇ ਇੰਨੀ ਗੱਡੀ ਤੇਜ਼ ਕਿਉਂ ਲਿਆ ਹੁਣ ਮੈਂ ਉਹਨਾਂ ਨੂੰ ਜਵਾਬ ਕੀ ਦੇਣਾ ਸੀ ਮੈਂ ਆਖਿਆ ਜੀ ਟਾਈਮ 'ਤੇ ਪਹੁੰਚਣਾ ਸੀ ਕਹਿੰਦਾ ਟਾਈਮ ਵੱਡਾ ਇਹ ਜਾਨ ਵੱਡੀ ਹੈ ਹੈ ਅਤੇ ਅਸੀਂ ਉਹਨਾਂ ਨੂੰ ਕੋਈ ਜਵਾਬ ਨਾ ਦਿੱਤਾ ਸਮਾਂ ਲੰਘ ਗਿਆ ਆ ਗਏ ਫਿਰ ਉਹ ਫਿਰ ਗੱਡੀ 'ਚ ਨਾ ਜਾਣ ਸਾਡੇ ਨਾਲ ਬਾਬੇ ਕਹਿੰਦੇ ਲਿਆ ਸਕਦੇ ਜੀ ਉਹਨਾਂ ਨੂੰ ਜਦੋਂ ਉਹਨਾਂ ਨੂੰ ਕੋਲੇ ਲਿਆਂਦਾ ਬਾਬੇ ਕਹਿੰਦੇ ਕੁੱਟਾਂਗੇ ਉਹਨੂੰ ਸਾਨੂੰ ਦੋ ਚਾਰ ਬਾਬੇ ਨੇ ਇਹੋ ਜਿਹੇ ਬਚਨ ਕਹਿ ਕੇ ਕਹਿੰਦੇ ਛਿੱਤਰ ਮਾਰ ਉਹਨੂੰ ਮੈਂ ਗੱਡੀ 'ਚੋਂ ਕੱਢ ਕੇ ਕੁੱਟੂੰਗਾ ਜੇ ਹੁਣ ਤੇਜ਼ ਚਲਾਊਂਗਾ ਤੁਸੀਂ ਦੱਸੋ ਕਿੰਨੀ ਕੁ ਰਫ਼ਤਾਰ 'ਤੇ ਲਿਜਾਣੀ ਹੈ ਫਿਰ ਅਸੀਂ ਉਹਨਾਂ ਦੀ ਮਰਜ਼ੀ ਨਾਲ ਸਾਢੇ ਤਿੰਨ ਘੰਟਿਆਂ 'ਚ ਪਹੁੰਚੇ ਜਗਰਾਉਂਦੇ ਜਿਹੜੇ ਘੰਟੇ ਸਵਾ ਘੰਟੇ 'ਚ ਉੱਥੇ ਪਹੁੰਚੇ ਅਤੇ ਉਹ ਸਮਾਂ ਲੰਘ ਗਿਆ ਸਾਰਾ ਮਿਲਦੇ ਮਿਲਾਉਂਦੇ ਰਹੇ ਅਤੇ ਸਾਨੂੰ ਆਹ ਬਾਬਾ ਜੀ ਨੇ ਸੇਵਾ ਬਖਸ਼ ਦੀ ਸਿਫਤ ਦੇ ਖਜ਼ਾਨੇ ਦੀ ਅਸੀਂ ਉਹ ਗੁਰੂ ਸਰ ਜਾਂਦੇ ਸੀ ਬਹੁਤ ਜ਼ਿਆਦਾ ਅਤੇ ਗੁਰੂ ਸਰ ਜਾਣਾ ਉਹਨਾਂ ਨੇ ਮੇਰੇ ਵੱਲ ਤੱਕ ਕੇ ਗਾਹ ਲੰਘ ਜਾਣਾ ਮੈਂ ਇਹ ਕਹਾਂ ਵੀ ਆਉਂਦੇ ਵੀ ਮੌਕੇ 'ਤੇ ਨਹੀਂ ਤਾਂ ਮੂੰਹੋਂ ਰੋਕ ਲਈਏ ਵੀ ਦੇਖਦੇ ਜ਼ਰੂਰ ਹੈ ਖੜ੍ਹਦੇ ਹੈ ਨਹੀਂ ਇੱਕ ਦਿਨ ਅਸੀਂ ਇਕੱਲੇ ਬੈਠੇ ਸੀ ਖੜਾ ਕੇ ਗੱਡੀ ਆ ਗਈ ਕਹਿੰਦਾ ਮੇਰੇ ਵੱਲ ਦੇਖਦੇ ਰਹੇ ਬਹੁਤ ਚਿਰ ਵੇਖਦੇ ਰਹੇ ਚੁੱਪ ਕਰਕੇ ਮੈਂ ਕਿਹਾ ਜੀ ਆ ਜਾਓ ਗਾਹਾਂ ਆ ਜਾਓ ਸੈਕਟਰੀ ਸਾਹਿਬ ਕਹਿੰਦੇ ਵੀ ਕਾਲਾ ਸਿੰਘ ਮੈਂ ਕਹਿੰਦਾ ਜਦੋਂ ਮੈਂ ਲੰਘ ਜਾਣਾ ਨਾ ਤੇਰੇ ਕੋਲ ਦੀ ਉਹ ਜੋ ਕੁਛ ਮੈਂ ਤੈਨੂੰ ਕਿਹਾ ਮੈਨੂੰ ਯਾਦ ਆਉਂਦੀ ਰਹਿੰਦੀ ਹੈ ਚੀਜ਼ ਮੈਂ ਤੈਨੂੰ ਬੁਰਾ ਬੋਲਿਆ ਤੈਨੂੰ ਤਾੜਨਾ ਕੀਤੀ ਮੈਂ ਕਿਹਾ ਜੀ ਤੁਸੀਂ ਤਾਂ ਮੇਰੇ ਭਲੇ ਲਈ ਕੀਤੀ ਸੀ ਤੁਸੀਂ ਤਾਂ ਮੇਰੇ ਫਾਇਦੇ ਲਈ ਸਭ ਕੁਛ ਕੀਤਾ ਸੀ ਮੇਰੇ ਮਨ 'ਚ ਕੋਈ ਗੱਲ ਨਹੀਂ ਕਿਸੇ ਕਿਸਮ ਦੀ ਵੀ ਤੁਸੀਂ ਇੱਕ ਮਾਪਿਆਂ ਦੀ ਤਰ੍ਹਾਂ ਸਾਨੂੰ ਬਹੁਤ ਸੋਹਣੇ ਵਿਚਾਰ ਬਚਨ ਕਹੇ ਸੀ ਕਹਿੰਦੇ ਮੈਂ ਤਾਂ ਤੈਨੂੰ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਸੀ ਮੈਂ ਕਿਹਾ ਮੈਨੂੰ ਚੰਗੇ ਲੱਗੇ ਉਹ ਤੁਸੀਂ ਚੰਗੀ ਗੱਲ ਕਹੀ ਸੀ ਕਹਿੰਦੇ ਤੂੰ ਇਹ ਦੱਸ ਬਈ ਕਿਉਂ ਚਲਾਈ ਸੀ ਇੰਨੀ ਤੇਜ਼ ਗੱਡੀ ਮੈਂ ਕਿਹਾ ਮੈਨੂੰ ਬਾਬਾ ਜੀ ਦਾ ਹੁਕਮ ਸੀ ਵੀ ਘੰਟੇ ਦੇ ਵਿੱਚ ਵਿੱਚ ਪਹੁੰਚਣਾ ਹੈ ਉੱਥੇ ਮੈਂ ਤਾਂ ਤੇਜ਼ ਚਲਾਈ ਸੀ ਕਹਿੰਦੇ ਤੂੰ ਮੈਨੂੰ ਉੱਥੇ ਨਾ ਦੱਸਿਆ ਮੈਂ ਫਿਰ ਤੈਨੂੰ ਕਾਹਨੂੰ ਗਾਲਾਂ ਕੱਢਦਾ ਮੈਂ ਕਿਹਾ ਜੀ ਤਾਂ ਕੀ ਹੋ ਗਿਆ ਹੁਣ ਮੈਂ ਬਾਬਾ ਜੀ ਦਾਦਾ ਵਿੱਚ ਬਾਬਾ ਜੀ ਨੂੰ ਲਾਂਭਾ ਦੇਣਾ ਸੀ ਐਂ ਮੈਂ ਕਿਹਾ ਵੀ ਇੱਕ ਥਾਂ ਹੀ ਸਰ ਜਾਵੇ
ਤੇ ਜਾਣੀ ਜੀ ਓਨਾ ਚਿਰ ਉੱਠੇ ਨਹੀਂ ਜਿੰਨਾ ਚਿਰ ਮੈਂ ਉਹਨਾਂ ਨੂੰ ਆਏ ਨਹੀਂ ਕਿਹਾ ਚੰਗਾ ਮਹਾਰਾਜ ਤੁਹਾਨੂੰ ਹੁਣ ਮਾਫ ਕੀਤਾ, ਤੁਸੀਂ ਉਸਦੇ ਗੱਲ ਨੂੰ ਕੱਟ ਛੱਡੋ। ਕਹਿੰਦੇ ਮੇਰੇ ਅੰਦਰੋਂ ਨਿਕਲੀ ਨਹੀਂ ਓਨਾ ਚਿਰ, ਮੈਨੂੰ ਵੀ ਪਤਾ ਸੀ ਤੂੰ ਬਾਬੇ ਵਾਲੀ ਕੁਰਸੀ ਤੇ ਬੈਠੇਗਾ, ਹੁਣ ਸਾਨੂੰ ਕਿਹੜਾ ਸੁਪਨਾ ਆਉਂਦਾ ਸੀ ਅਸੀਂ ਬਾਬਿਆਂ ਦੇ ਸਥਾਨ ਸੇਵਕ ਖਜ਼ਾਨਾ ਅਸੀਂ ਕਰਨਾ, ਇਹ ਤਾਂ ਮੇਰੀ ਹੁੰਦੀ ਆ ਬਾਬਾ ਜੀ ਦੀ। ਉਹ ਇਹੋ ਜਿਹੇ ਵਧੀਆ ਖਰੇ ਖੁਰੇ ਸਾਫ ਇਨਸਾਨ ਸੀ, ਤੇ ਉਹ ਮੈਂ ਸਾਡੇ ਜਤੀ ਜੀ ਜੀ ਸੁੰਦਰ ਸਿੰਘ ਹੋਣੀ ਬਹੁਤ ਪਿਛਲੀ ਗੇਰ ਤੋਂ ਈਪੀ ਬਣੇ ਰਹੇ ਤੇ ਹੁਣ ਵੀ ਲੋਕ ਸੇਵਾ ਕਰਦੇ ਆ, ਤੇ ਅੱਜ ਉਹ ਮਾਤਾ ਦੀ ਯਾਦ ਵਿੱਚ ਤੁਹਾਨੂੰ ਸਾਰਿਆਂ ਨੂੰ ਸੱਦ ਕੇ ਇੱਥੇ ਪ੍ਰੋਗਰਾਮ ਰੱਖਿਆ। ਭਾਗਾਂ ਵਾਲਿਓ ਸਾਰੀਆਂ ਸੰਗਤਾਂ ਜਿਹੜੇ ਭਾਈ ਇੱਥੇ ਆਏ ਹੋ, ਪਿਆ ਇਹਨਾਂ ਦੇ ਪਿਆਰ ਵਿੱਚ ਪਹੁੰਚੇ ਹੋ, ਗੁਰੂ ਸਾਹਿਬ ਦੇ ਦਰਸ਼ਨ ਕੀਤੇ ਆ, ਅਸੀਂ ਵੀ ਤੁਹਾਨੂੰ ਵਿਚਾਰ ਦਿੱਤੇ ਆ। ਹਜੇ ਸਾਡਾ ਪ੍ਰੋਗਰਾਮ ਅਸੀਂ 9 ਤਰੀਕ ਤੱਕ ਹੈ ਇੱਥੇ, ਅਤੇ ਫਿਰ 10 ਨੂੰ ਸਾਡੀ ਵਾਪਸੀ ਹੈ 10 ਜੁਲਾਈ ਨੂੰ। ਅਤੇ ਇਸ ਤਰ੍ਹਾਂ ਅਸੀਂ ਜਿੱਦੇ ਸਾਡੇ ਸਰ ਜਮੀਰ ਸਿੰਘ ਉਹਨਾਂ ਦੇ ਸਪੁੱਤਰ ਰਾਣਾ ਜੀ ਉਹਨਾਂ ਨੇ ਨਵੀਂ ਜਗ੍ਹਾ ਬਣਾਈ ਹੈ ਇੱਥੇ, ਅਤੇ ਮਿਸ਼ਨ ਦੇ ਵਿੱਚ ਉਸ ਜਗ੍ਹਾ 'ਤੇ ਠਹਿਰੇ ਹੋਏ ਆ। ਅਤੇ ਇਸ ਤਰ੍ਹਾਂ ਭਾਈ ਉਹ ਵੀ ਇਹਨਾਂ ਨੇ ਸਾਨੂੰ ਕਹਿੰਦੇ ਬਾਬਾ ਜੀ ਸਾਡਾ ਬੁਰਨਾ ਬਣ ਗਿਆ, ਬਈ ਹੁਣ ਕੋਠੀ ਤਾਂ ਬਣਾਉਣੀ ਹੈ ਜਗ੍ਹਾ ਤਾਂ, ਵੀ ਬਾਬਾ ਜੀ ਵਾਸਤੇ ਸਪੈਸ਼ਲ ਜਗ੍ਹਾ ਬਣਾਈਏ। ਬਹੁਤ ਵਧੀਆ ਇਹਨਾਂ ਨੇ ਅੱਡ ਜਗ੍ਹਾ ਸਾਡੇ ਵਾਸਤੇ ਬਣਾਈ ਹੈ, ਲਿਫਟ ਵਗੈਰਾ ਵੀ ਲਾਈ ਹੈ ਜਾਣ ਆਉਣ ਨੂੰ ਉੱਤੇ, ਕਿ ਇਸ ਤਰ੍ਹਾਂ ਇਹਨਾਂ ਨੇ ਬੜਾ ਪਰਉਪਕਾਰ ਕੀਤਾ। ਇਹ ਕਿਹਦੇ ਵਾਸਤੇ? ਤੁਹਾਡੇ ਸੰਗਤਾਂ ਵਾਸਤੇ, ਬਾਬਾ ਜੀ ਆਉਣ ਇਹਨਾਂ ਨੂੰ ਕੋਈ ਚੰਗੇ ਵਿਚਾਰ ਦੇਣ, ਜਿਹੜੇ ਅਸੀਂ ਵਿਚਾਰ ਦਿੱਤੇ ਆ ਮੇਰੇ ਆਪਣੇ ਨਹੀਂ, ਮੈਂ ਤਾਂ ਬਾਬਾ ਜੀ ਦਾ ਮੂਲੀ ਜਾਂ ਸੇਵਾਦਾਰ ਹੈ, ਇਹ ਤਾਂ ਵਿਚਾਰ ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਦੇ ਆ। ਇਸ ਲਈ ਇਹ ਸਿੱਧੂ ਪਰਿਵਾਰ ਸਾਰਾ ਪਿੰਡ ਇਹਨਾਂ ਦਾ ਮੱਲਾ ਪਿੰਡ ਹੈ ਅਤੇ ਸਾਰਾ ਨਗਰ ਆਉਂਦਾ। ਦਾਸ 1964 ਦਾ ਆਇਆ ਨਾਨਸਰ, ਉਦੋਂ ਤੋਂ ਲੈ ਕੇ ਅਸੀਂ ਸਾਰਿਆਂ ਨੂੰ ਆਉਂਦੇ ਵੇਖਦੇ ਹਾਂ ਉਦੋਂ ਤੋਂ ਲੈ ਕੇ, ਅਤੇ ਸਤਾਗਰ ਸੋਹਣੀ ਤਾਂ ਹਫ਼ਤੇ ਵਿੱਚ ਹੀ ਆਉਂਦੇ ਸੀ ਨਾ, MSO ਅਤੇ ਸਤਾਗਰ ਸਿੰਘ ਇਹ ਤਾਂ ਸਾਈਕਲਾਂ 'ਤੇ ਆਉਂਦੇ ਸੀ, ਅਤੇ ਸੈਕਟਰੀ ਸਾਹਿਬ ਸ਼ਹਿਰੋਂ ਆਉਂਦੇ ਸੀ, ਉਹ ਇੱਕ ਦੂਜੇ ਤੀਜੇ ਹਫ਼ਤੇ ਉਹਨਾਂ ਨੇ ਬਾਬਾ ਜੀ ਦੇ ਦਰਸ਼ਨ ਕਰਨ ਆਉਣਾ। ਅਤੇ ਇਸ ਤਰ੍ਹਾਂ ਕਾਫ਼ੀ ਕਈ ਭਰਾ ਸੀ, ਨਾਰ ਸਿੰਘ ਹੋਣੀ ਸੀ, ਸਤਾਗਰ ਸਿੰਘ ਸੀ, ਸੈਕਟਰੀ ਗੁਲਜ਼ਾਰ ਸਿੰਘ ਹੋਣੀ ਸੀਗੇ, ਇੱਕ ਦੋ ਦੇ ਨਾਂ ਅਸੀਂ ਭੁੱਲ ਗਏ ਹੋਵਾਂਗੇ। ਅਤੇ ਵੱਡਾ ਪਰਿਵਾਰ ਹੈ ਸਿੱਧੂ ਪਰਿਵਾਰ, ਅਤੇ ਇੱਥੇ ਸਰਦਾਰ ਮਨਜੀਤ ਸਿੰਘ ਹੋਣੀ, ਦਲਜੀਤ ਸਿੰਘ ਹੋਣੀ, ਜਗਜੀਤ ਸਿੰਘ, ਅਤੇ ਇਹਨਾਂ ਦੇ ਤਾਏ ਚਾਚਿਆਂ ਦੇ ਪੁੱਤ ਹੈ, ਸਾਰੇ ਭਰਾ ਨੇ, ਅਤੇ ਬਹੁਤ ਵੱਡੇ ਪਰਿਵਾਰ ਹੈ, ਰਿਸ਼ਤੇਦਾਰ ਹੈ ਗਾਹਾਂ। ਇਸ ਤਰ੍ਹਾਂ ਭਾਈ ਇੱਕ ਦੂਜੇ ਦਾ ਦੁੱਖ ਵੰਡਾਉਣ ਵਾਲੇ ਹੁੰਦੇ ਆ ਸਾਰੇ ਭਾਗਾਂ ਵਾਲੇ ਹੋ। ਅਸੀਂ ਹੁਣ ਸਾਰਿਆਂ ਨੂੰ ਇੱਕ ਪਿਆਰ ਭਰੀ ਫਤਿਹ ਬੁਲਾਵਾਂਗੇ, ਕਿਉਂਕਿ ਇਹ ਜਿਹੜੇ ਸਮੇਂ ਹੈ, ਇੱਕ ਤਾਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਜ਼ਰੂਰ ਕਰਿਆ ਕਰੋ, ਰੋਟੀ ਭਾਵਾਂ ਨਾ ਮਿਲੇ ਪਰ ਨਿਤਨੇਮ ਜ਼ਰੂਰ ਕਰੋ, ਇਹ ਚੀਜ਼ ਨੇ ਤੁਹਾਡੇ ਨਾਲ ਜਾਣਾ। ਗੁਰਮੁਖੋ ਜਿਹੜੀ ਤੁਹਾਨੂੰ ਦੱਸਿਆ ਨਾ ਬਈ ਅਸੀਂ ਇੱਕ ਬਚਨ ਹਾਂ ਬਈ ਮਾਈਆਂ ਇਕੱਠੀ ਕਰ ਲੈਂਦੀਆਂ ਪੂੰਜੀ, ਉਹ ਤਾਂ ਇੱਕ ਦੁਨਿਆਵੀ ਹੈ। ਜੇ ਮਾਤਾ ਤੁਸੀਂ ਤੁਰੀਆਂ ਫਿਰਦੀਆਂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਕਰੋ, ਬੰਦੇ ਵੀ ਕਰਨ, ਮੂਲ ਮੰਤਰ ਦਾ ਪਾਠ ਕਰੋ, ਉਹ ਜਿਵੇਂ ਮਾਈਆਂ ਪੂੰਜੀ ਇਕੱਠੀ ਕਰ ਲੈਂਦੀਆਂ, ਤੁਸੀਂ ਪਰਮਾਰਥੀ ਪੂੰਜੀ ਇਕੱਠੀ ਕਰਨੀ ਆ। ਜੇ ਤੁਹਾਡੇ ਕੋਲ ਪੰਡਾਂ ਹੋ ਜਾਣਗੀਆਂ, ਕਿਤੇ ਦਰਗਾਹ ਦਾ ਸਮਾਂ ਬਣੇਗਾ, ਤੇ ਫਿਰ ਐਂ ਤਾਂ ਨਹੀਂ ਹੈ ਵੀ ਕੋਈ ਤੁਹਾਨੂੰ ਬੇਇੱਜ਼ਤੀ ਹੋਵੇਗੀ, ਸਤਿਕਾਰ ਨਾ ਲੈ ਕੇ ਜਾਣਗੇ ਬਈ ਇਹਦੇ ਕੋਲ ਬੜੀ ਵੱਡੀ ਪੂੰਜੀ ਹੈ, ਇਹ ਬੜਾ ਵੱਡਾ ਸੇਠ ਹੈ, ਤੇ ਆਪਾਂ ਇਹਨੂੰ ਵਹੀ ਗਾਹਾਂ ਸਤਿਕਾਰ ਨਾਲ ਚੱਲਣਾ, ਸੋਹਣੀ ਜਗ੍ਹਾ 'ਚ ਚੱਲਣਾ, ਸਵਰਗਾਂ 'ਚ ਥਾਂ ਦੇਣੀ ਹੈ। ਇਸ ਲਈ ਚੰਗੀ ਜਗ੍ਹਾ ਨਾਮ ਜਪਣ ਵਾਲੇ ਨੂੰ ਮਿਲਦੀ ਹੈ। ਇਸ ਤਰ੍ਹਾਂ ਭਾਗਾਂ ਵਾਲਿਓ ਸਾਰੇ,
ਅਸੀਂ ਹੁਣ ਸਮਾਪਤੀ ਕਰਦੇ ਹਾਂ। ਮਾਤਾ ਜੀ ਦੀ ਯਾਦ ਵਿੱਚ, ਮਾਤਾ ਸੁਰਿੰਦਰ ਕੌਰ ਜੀ ਦੀ ਯਾਦ ਵਿੱਚ, ਸਾਡੇ ਜਤਿੰਦਰ ਸਿੰਘ ਜੱਤੀ ਜੀ ਉਹਨਾਂ ਨੇ, ਉਹਨਾਂ ਦਾ ਬੇਟਾ ਸਾਹਿਬ ਸਿੰਘ ਬੀਬੀਆਂ, ਉਹਨਾਂ ਨੇ ਇਹ ਪ੍ਰੋਗਰਾਮ ਰੱਖਿਆ, ਸਾਰੀਆਂ ਸੰਗਤਾਂ ਨੂੰ ਸੱਦਾ ਪੱਤਰ ਦਿੱਤਾ ਅਤੇ ਇਸ ਤਰ੍ਹਾਂ ਸਾਨੂੰ ਵੀ ਸੱਦਾ ਪੱਤਰ ਦਿੱਤਾ, ਬੇਨਤੀ ਕੀਤੀ ਹੈ ਅਤੇ ਅਸੀਂ ਹੁਣ ਸਮਾਪਤੀ ਕਰਦੇ ਹਾਂ। ਗੁਰ ਸੇਵਾ ਅਤੇ ਸੁੱਖ ਉਪਜੈ, ਫਿਰ ਦੁੱਖ ਨਾ ਲੱਗਾ ਆਏ, ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਸ ਨਾ ਵਸਾਏ, ਹਰ ਛੇਤੀ ਮਨ ਰਵ ਰਿਹਾ, ਸੱਚੇ ਰਿਹਾ ਸਮਾਏ, ਨਾਨਕ ਹੋਮ ਰਿਹਾਰੀ ਤਿੰਨ ਕੋ, ਜੋ ਚੱਲਣ ਸਤਿਗੁਰ ਭਾਏ, ਉਹ ਭਾਣੇ ਅੰਦਰ ਆਏ, ਭਾਣੇ ਅੰਦਰ ਜਨਮ ਲਿਆ, ਭਾਣੇ ਅੰਦਰ ਰਿਸ਼ਤੇ ਹੋਏ, ਭਾਣੇ ਅੰਦਰ ਬੱਚਿਆਂ ਨੂੰ ਪੈਦਾ ਕੀਤਾ, ਭਾਣੇ ਅੰਦਰ ਸੇਵਾ ਕੀਤੀ, ਆਪਣੇ ਭਾਣੇ ਅੰਦਰ ਹੀ ਪਰਮਾਤਮਾ ਦੇ ਉਹ ਚਲੇ ਗਏ। ਇਹ ਤਾਂ ਜਿਵੇਂ ਮਾਲੀ ਹੈ ਅਤੇ ਇੱਧਰੋਂ ਬੂਟਾ ਪੁੱਟਿਆ ਅਤੇ ਇੱਧਰ ਲਾਤਾ, ਇੱਧਰੋਂ ਪੁੱਟਿਆ ਉੱਧਰ ਲਾਤਾ, ਜਿਵੇਂ ਆਪਾਂ ਲਾਉਂਦੇ ਹਾਂ ਦੁਨਿਆਵੀ, ਇਹ ਰੱਬ ਦੇ ਵੀ ਆਪਾਂ ਬੂਟੇ ਹੈ, ਜਿੱਥੇ ਵੱਧ ਲੋੜ ਆ ਉੱਥੇ ਜੀਵ ਨੂੰ ਗਾਹਾਂ ਭੇਜ ਦਿੰਦੇ ਆ ਉਹ ਜਗ੍ਹਾ 'ਤੇ। ਇਸ ਤਰ੍ਹਾਂ ਭਾਗਾਂ ਵਾਲਿਓ, ਅੰਮ੍ਰਿਤ ਵੇਲੇ ਉੱਠਿਆ ਕਰੋ, ਨਿਤਨੇਮ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਫਿਰ ਸਾਨੂੰ ਕੀ ਮਿਲੇਗਾ? ਇਹ ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਹੀ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਨਾ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿੱਧੀ, ਮਨ ਜੀਆਂ ਵਧਾਈਆਂ, ਨਾਗਰ ਧਨ ਪਰਵਾਰ ਭਰੀਆਂ, ਸ਼ਬਦ ਗਾਵਣਿਆ, ਸ਼ਬਦੋ ਤਕਾਓ ਹਰੀ ਤੇਰਾ, ਮਨ ਜੀ ਵਸਾਇਆ, ਕਰ ਹਨ ਹਗਵਾਜੇ।
ਗੁਰੂ।